हाँ जी सत श्री अकाल जी। कल आपां मैथ दी क्लास दे विच कीता सी करणी ते घात अंक दी तुलना। ठीक है, साडा सरलीफिकेशन दा साडा जिहड़ा तीसरा पॉइंट है। ठीक है, असी दे विच प्रमेय करन वी हो गया साडा। हुण असी अज करना है भिन्ना। ठीक है, अज असी करना है भिन्ना। भिन्ना दे विच असी बेसिक तो करना कि फ्रैक्शन की चीज है, भिन्ना की है। ठीक है, असी स्टार्टिंग की करना बेसिक दे विच, बेसिक्स दे करांगे एंड प्लस माइनस गुणा ते डिवाइड किदां करीदा। फिर दूसरा असी देखना कि भिन्ना हुंदियां की है। ठीक है, जिवें आपां नूं कोई भी एक चीज दित्ती है ना, दित्ती है ते आपां उहदे उसदे वक्रे वक्रे जिहड़े वक्रे वक्रे टुकड़े बनाउणे है ना, जां सानूं पिन्ना दे विच असीं नूं लिखांगे। मान लो साडे कोल इक संतरा आ है ना, संतरे दे विच हुण किन्नियां फाड़ियां हुंदियां ते संतरा साडे कोल इक आ। ठीक है, एक संतरा हुण उहदी जिहड़ी फाड़ियां हुंदियां किन्नियां फाड़ियां, मान लो मैं 12 फाड़ियां लिख लईआं, इहदा मतलब की हो गया साडे कोल इक चीज आ, एक वस्तु आ, एक वस्तु 12 टुकड़े। ठीक है जी, इनू जिहड़ा उपरला हुंदा इनू असीं कहिंदे ने अंश, इनू असीं कहिंदे आ हर। ठीक है, हुण सानू समझो कि ਇਹ ਚੀਜ਼ ਸਮਝ ਲੱਗ ਗਈ ਕਿ ਇੱਕ ਵਸਤੂ ਸੀ ਉਹਦੇ 12 ਟੁਕੜੇ। ਮੰਨ ਲਓ ਸਾਡੇ ਕੋਲ ਇੱਕ ਵਰਗ ਆ, ਠੀਕ ਹੈ, ਅਸੀਂ ਇਹਦੇ 2 ਟੁਕੜੇ ਕਰਦੇ, ਇਹਦਾ ਇਹਦੀ ਭਿੰਨ ਕੀ ਬਣੂਗੀ ਸਾਡੇ ਕੋਲ 1/2। ਠੀਕ ਹੈ, ਕਿਦੋਂ, ਕਿਉਂਕਿ ਇੱਕ ਟੁਕੜਾ ਸਾਡਾ ਆ ਹੋ ਗਿਆ, ਇੱਕ ਟੁਕੜਾ ਸਾਡਾ ਇਹ ਵਾਲਾ ਹੋ ਗਿਆ। ਇਸ ਤੋਂ ਅਸੀਂ ਕੀ ਕਹਾਂਗੇ ਕਿ ਇੱਕ ਚੀਜ਼ ਦੇ 2 ਟੁਕੜੇ ਹੋ ਗਏ। ਠੀਕ ਹੈ, ਇਹਨਾਂ ਦੀ ਆਪਾਂ ਵੰਡ ਕਰਕੇ ਇਸ ਤਰੀਕੇ ਨਾਲ ਆਪਾਂ ਇਹਨਾਂ ਦੀ ਵੰਡ ਕਰਕੇ ਇਹਨਾਂ ਦੀ ਜਿਹੜੀ ਵੈਲਿਊ ਆਪਾਂ ਪਤਾ ਕਰ ਸਕਦੇ ਹਾਂ। ਠੀਕ ਹੈ, ਫਿਰ ਆਪਾਂ ਇਸ ਨੂੰ 2 ਨੂੰ 1 ਨੂੰ ਆਪਾਂ ਵਿੱਚ ਰੱਖ ਕੇ ਤੇ 2 ਦੇ ਭਾਗ ਕਰ ਸਕਦੇ ਹਾਂ, 0.5 ਆਪਣੇ ਕੋਲ ਜਿਹੜਾ ਆਨਸਰ ਹੈ ਉਹ ਆਜੂਗਾ। ਠੀਕ ਹੈ, 0 ਲਾ ਕੇ ਇਹ ਆਪਣੇ ਕੋਲ, ਆਪਾਂ ਇਹਨੂੰ ਜਦੋਂ ਫਰੈਕਸ਼ਨ 'ਚ ਚੇਨਾ ਇਸੇ ਚੀਜ਼ ਨੂੰ 0.5 5/10 ਕਰਾਂਗੇ, 1/5 ਮਤਲਬ 1/2 ਆ ਗਿਆ, ਸੇਮ ਚੀਜ਼ ਆ ਗਈ ਫਰੈਕਸ਼ਨ। ਅਸੀਂ ਇਸ ਚੀਜ਼ ਤੋਂ ਜਾਂ ਇਸ ਚੀਜ਼ ਤੋਂ ਫਰੈਕਸ਼ਨ ਪਤਾ ਕਰ ਸਕਦੇ, ਇੱਥੋਂ ਅਸੀਂ ਇੱਧਰ ਨੂੰ ਜਾ ਕੇ ਫਿਰ ਫਰੈਕਸ਼ਨ ਪਤਾ ਕਰ ਸਕਦੇ ਹਾਂ। ਠੀਕ ਹੈ, ਇੱਕ ਚੀਜ਼ ਬੇਸਿਕ ਜਿਹੜੀ ਚੀਜ਼ ਧਿਆਨ 'ਚ ਰੱਖਣੀ ਸੀ ਕਿ ਅਸੀਂ ਭਿੰਨਾ ਨੂੰ ਕਿਸ ਰੂਪ ਵਿੱਚ ਲਿਖ ਸਕਦੇ ਹਾਂ। ਅਸੀਂ P/Q ਦੇ ਰੂਪ ਵਿੱਚ ਅਸੀਂ ਇਹਨੂੰ ਲਿਖ ਸਕਦੇ ਹਾਂ। ਠੀਕ ਹੈ, ਇੰਨੀ ਗੱਲ ਜ਼ਰੂਰ ਧਿਆਨ 'ਚ ਰੱਖਣੀ, ਧਿਆਨ 'ਚ ਰੱਖਣਾ ਕਿ ਕਿਊ ਇਜ਼ ਨੋਟ ਇਕੁਅਲ ਟੂ 0। ਵਾਏ, ਕਿਉਂ, ਇਹ ਕਿਉਂ ਹੋ ਸਕਦਾ, ਕਿਉਂਕਿ ਕਿਊ ਸਾਡੇ ਕੋਲ ਹਰ ਆ। ਠੀਕ ਹੈ, ਅਗਰ ਪੀ ਮੰਨ ਲਓ, ਪੀ ਸਾਡੇ ਕੋਲ 1 ਹੋਵੇ ਜਾਂ 2 ਹੋਵੇ, ਠੀਕ ਹੈ, ਤਾਂ ਫਰੈਕਸ਼ਨ ਫਾਰਮ ਦੇ ਵਿੱਚ ਅਗਰ ਕਿਊ ਸਾਡੇ ਕੋਲ 0 ਆ ਤਾਂ ਸਾਡੇ ਕੋਲ P/Q ਦੇ ਹਿਸਾਬ ਨਾਲ ਪੀ ਕਿੰਨੀ ਹੋ ਗਈ, 1, ਕਿਊ ਇਜ਼ 0, ਤਾਂ ਇਹਦਾ ਆਨਸਰ ਜਿਹੜਾ ਇਨਫਿਨਿਟੀ, ਇਹਨੂੰ ਅਸੀਂ ਕਹਿੰਦੇ ਹਾਂ ਇਨਫਿਨਿਟੀ ਅੰਗਰੇਜ਼ੀ ਵਿੱਚ, ਜਾਂ ਕਹਿੰਦੇ ਅਨੰਤ ਸਲਿਊਸ਼ਨ ਇਹਦੇ। ਠੀਕ ਹੈ, ਜੋ ਕਿ ਸਹੀ ਨਹੀਂ ਹੈ। ਠੀਕ ਹੈ, ਇਹ ਚੀਜ਼ ਤੁਹਾਨੂੰ ਕਦੇ ਵੀ ਨਹੀਂ ਆਊਗੀ, ਜਾਂ ਜੇ ਆਈ ਵੀ ਤਾਂ ਇਹਦਾ ਆਨਸਰ ਇਹ ਹੋਊਗਾ। ਜ਼ਰੂਰੀ ਨਹੀਂ ਵੀ 1 ਦੇ ਥੱਲੇ 0, ਅਗਰ 2 ਦੇ ਥੱਲੇ 0 ਸੀ ਤਾਂ ਵੀ ਆਨਸਰ ਇਨਫਿਨਿਟੀ, ਇਫ 2 ਦੀ ਜਗ੍ਹਾ 'ਤੇ ਕਿੰਨੀ ਵੀ ਸੰਖਿਆ ਹੋਵੇ ਤਾਂ ਵੀ ਉਹਦਾ ਆਨਸਰ ਜਿਹੜਾ 0 ਹੋਊਗਾ। ਜਿੱਦਾਂ ਆਪਾਂ ਕੱਲ੍ਹ ਕੀਤਾ ਸੀਗਾ ਕਿ ਅਗਰ 2 ਦੀ ਪਾਵਰ 0 ਹੈ ਤਾਂ ਉਹਦਾ ਆਨਸਰ 1, ਸੇਮ ਐਜ਼ ਇਟ ਇਜ਼, ਅਗਰ Q=0 ਆ ਤਾਂ ਉਹਦੀ ਆਨਸਰ ਜਿਹੜਾ ਇਨਫਿਨਿਟੀ ਆਊਗਾ। ਸੋ ਦੈਟਸ ਵਾਈ ਕਿਊ ਇਜ਼ ਨੋਟ ਇਕੁਅਲ ਟੂ 0। ਠੀਕ ਹੈ, ਹੁਣ ਦੇਖੋ ਆਪਾਂ ਨੂੰ ਕੋਈ ਵੀ ਇਸ ਤਰੀਕੇ ਦੀ ਭਿੰਨ ਦੇ ਦਿੱਤੀ, ਠੀਕ ਹੈ, ਮਤਲਬ 1 ਰੋਟੀ ਆ 2 ਹਿੱਸੇ ਕਰਤੇ, ਸਾਨੂੰ ਇੰਨੀ ਕੁ ਚੀਜ਼ ਦੇ ਦਿੱਤੀ, ਉਹਦਾ ਆਨਸਰ ਕੀ ਆਊਗਾ ਉਹਦੀ ਬਾਅਦ, ਮਤਲਬ 1 ਗੋਲਾ ਸਮਝ ਲਓ ਜਾਂ 1 ਰੋਟੀ ਸਮਝ ਲਓ, ਉਹਦੇ ਕਿੰਨੇ ਹਿੱਸੇ ਆ, 2 ਹਿੱਸੇ। ਠੀਕ ਹੈ, ਹੁਣ ਅਸੀਂ ਡੈਸੀਮਲ 'ਚ ਇਹਨੂੰ ਫਰੈਕਸ਼ਨ ਤੋੜਨੀ ਹੈ, ਜਦੋਂ ਅਸੀਂ ਸੇਮ ਆਹੀ ਚੀਜ਼ ਡਿਵਾਈਡ ਕਰਾਂਗੇ ਸਾਡੇ ਕੋਲ ਆਨਸਰ 0.5। ਠੀਕ ਹੈ,
ਇਹ ਸਾਡੇ ਕੋਲ 0.5 ਹੈ ਠੀਕ ਹੈ ਹੁਣ ਅਸੀਂ ਜੇਕਰ ਅਸੀਂ ਇਹਨੂੰ ਸ਼ੇਡਡ ਵੀ ਕਰ ਲਈਏ ਤਾਂ ਵੀ ਸਾਡੇ ਕੋਲ 1/2 ਹੋਊਗਾ ਫਿਰ ਅਸੀਂ ਇਹਨੂੰ ਕੀ ਸਮਝਾਂਗੇ ਕਿ ਇੱਕ ਚੀਜ਼ ਸੀ ਦੋ ਪਾਰਟ ਆ ਜਾਂ ਕਹਿੰਦੇ ਦੋ ਪਾਰਟ ਆ ਉਹ ਇੱਕ ਜਿਹੜਾ ਪਾਰਟ ਆ ਵਿੱਚੋਂ ਇੱਕ ਭਾਗ ਜਿਹੜਾ ਆ ਉਹ ਅਸੀਂ ਸ਼ੇਡਡ ਕੀਤਾ ਹੈ ਠੀਕ ਹੈ ਜੇ ਹੁਣ ਸਮਝੋ ਫਰੈਕਸ਼ਨ ਫਾਰਮ ਦੇ ਵਿੱਚ ਜੇਕਰ ਸਾਡੇ ਕੋਲ ਠੀਕ ਹੈ ਆ ਇੱਕੋ ਜਿਹੇ ਭਾਗ ਆ ਇਹ ਨਹੀਂ ਹੋਊਗਾ ਇਹਦੀ ਜਗ੍ਹਾ ਦੇ ਬਰਾਬਰ ਇਹ ਚੀਜ਼ ਨਹੀਂ ਆ ਸਕਦੀ ਏਦਾਂ ਤੇ ਏਦਾਂ ਇੱਕ ਦੋ ਤੇ ਤਿੰਨ ਏਦਾਂ ਨਹੀਂ ਹੋਊਗਾ ਠੀਕ ਹੈ ਜਿਹੜੀ ਫਰੈਕਸ਼ਨ ਫਾਰਮ ਹੋਊਗੀ ਉਹਦੇ ਵਿੱਚ ਤਿੰਨੇ ਭਾਗ ਬਰਾਬਰ ਦੇ ਹੋਣਗੇ ਠੀਕ ਹੈ ਜੀ ਭਿੰਨ ਵਿੱਚ ਬਰਾਬਰ ਦੇ ਭਾਗ ਹੋਣਗੇ ਠੀਕ ਹੈ ਆਹ ਨਹੀਂ ਹੋਊਗਾ ਹੁਣ ਜੇ ਸਾਡੇ ਕੋਲ ਆਹ ਚੀਜ਼ ਆ ਦੇਖੋ ਇੱਕ ਰੋਟੀ ਸੀ ਉਹਦੇ ਕਿੰਨੇ ਭਾਗ ਹੋ ਗਏ ਇੱਕ ਦੋ ਤਿੰਨ ਅਸੀਂ ਇਹਨੂੰ ਕੀ ਲਿਖਾਂਗੇ ਫਰੈਕਸ਼ਨ ਫਾਰਮ 'ਚ ਮਤਲਬ 1/3 ਠੀਕ ਹੈ ਜੀ ਕਿਉਂਕਿ ਸਾਡੇ ਕੋਲ ਇੱਕ ਚੀਜ਼ ਸੀ ਉਹਦੇ ਤਿੰਨ ਭਾਗ ਹੋ ਗਏ ਹੁਣ ਜੇ ਸਾਡੇ ਕੋਲ ਇੱਕ ਡੱਬਾ ਹੋਵੇ ਐਜ਼ ਇਟ ਇਜ਼ ਮੈਂ ਐਗਜ਼ਾਮਪਲ ਲੈਣ ਲੱਗਾ ਇਹਦੇ ਕੋਲ ਸਾਡੇ ਵਿੱਚ ਚਾਰ ਖਾਨੇ ਬਣਾਤੇ ਅਸੀਂ ਇਹਨੂੰ ਕੀ ਲਿਖਾਂਗੇ 1/4 ਠੀਕ ਹੈ ਜੀ ਹੁਣ ਜੇ ਇਹ ਚੀਜ਼ ਪੁੱਛੀ ਤਾਂ ਇਹ ਆਂਸਰ ਜੇ ਸਾਡੇ ਕੋਲ ਉਹ ਇੱਕ ਡੱਬਾ ਸ਼ੇਡਡ ਕਰ ਦੇਣਾ ਠੀਕ ਹੈ ਇਹਦੇ ਵਿੱਚ ਕੀ ਕਰਾਂਗੇ ਆਹ ਤਿੰਨ ਖਾਲੀ ਆ ਤਾਂ ਵੀ ਅਸੀਂ ਇਹਦੇ ਵਿੱਚ ਕੀ ਕਰਾਂਗੇ ਇਹਦਾ ਆਂਸਰ ਜਿਹੜਾ ਆ 1/4 ਹੀ ਆਊਗਾ ਫਿਰ ਅਸੀਂ ਇੱਥੋਂ ਕੀ ਮੈਂਸ਼ਨ ਕਰਾਂਗੇ ਕਿ ਚਾਰ ਹਿੱਸੇ ਆ ਚਾਹੇ ਉਹ ਗੋਲੇ ਵਿੱਚ ਬਣਾ ਲੈਣਾ ਚਾਰ ਹਿੱਸੇ ਠੀਕ ਹੈ ਜੀ 1, 2, 3, 4 ਅਤੇ ਚਾਹੇ ਉਹ ਇੱਦਾਂ ਬਣਾਉਣ ਅਤੇ ਚਾਰ ਪਾਰਟਾਂ ਦੇ ਵਿੱਚ ਜਿਹੜਾ ਇੱਕ ਪਾਰਟ ਆ ਉਹ ਜਿਹੜਾ ਆ ਸ਼ੇਡਡ ਆ ਅਤੇ ਤਿੰਨ ਬਾਕੀ ਖਾਲੀ ਆ ਮਤਲਬ 1/4 ਇੱਕ ਸ਼ੇਡਡ ਆ ਚਾਰਾਂ ਵਿੱਚੋਂ ਇੱਕ ਸ਼ੇਡਡ ਆ ਚਾਰਾਂ ਦੇ ਵਿੱਚੋਂ ਇੱਕ ਸ਼ੇਡਡ ਆ ਠੀਕ ਹੈ ਹੁਣ ਦੇਖੋ ਜੇ ਸਾਡੇ ਕੋਲ 33/100 ਹੋਵੇ ਠੀਕ ਹੈ ਮਤਲਬ ਤੁਸੀਂ ਸਮਝ ਲਓ ਚਾਹੇ 100 'ਚੋਂ 33 ਨੰਬਰ ਆਏ ਪੇਪਰ 'ਚੋਂ ਜਾਂ ਸਮਝ ਲਓ ਵੀ ਸਾਡੇ ਕੋਲ 100 ਇੱਕ ਚੀਜ਼ ਸੀ ਉਹਦੇ 100 ਪਾਰਟ ਸੀ ਅਸੀਂ ਉਹਦੇ ਵਿੱਚੋਂ 33 ਚੀਜ਼ਾਂ ਜਿਹੜੀਆਂ ਅਸੀਂ ਪ੍ਰਾਪਤ ਕਰ ਲਈਆਂ ਠੀਕ ਹੈ ਅਸੀਂ ਇਹਨੂੰ ਸ਼ੇਡਡ ਕਰਨਾ ਜਾਂ ਕਿੱਦਾਂ ਕਰਾਂਗੇ ਅਸੀਂ ਉਹਦੇ ਵਿੱਚ ਕੀ ਕਰਾਂਗੇ ਅਸੀਂ ਇੱਦਾਂ ਬਣਾ ਕੇ ਚੌਰਸ ਡੱਬਾ ਉਹਦੇ ਵਿੱਚ ਅਸੀਂ ਪਹਿਲਾਂ ਤਾਂ ਡੱਬੀਆਂ ਬਣਾ ਲਾਂਗੇ ਠੀਕ ਹੈ ਜੀ 100 ਡੱਬੀ ਬਣਾ ਲਾਂਗੇ ਅਸੀਂ ਹੁਣ ਬਣਨੇ ਤਾਂ ਨਹੀਂ ਚਲੋ ਆਪਾਂ ਐਜ਼ ਇਟ ਸਮਝ ਲਈਏ ਠੀਕ ਹੈ ਆਪਾਂ ਇੱਦਾਂ ਬਣਾ ਲਾਂਗੇ ਠੀਕ ਹੈ ਉਹਦੇ ਵਿੱਚ ਕੀ ਹੋਊਗਾ ਫਿਰ ਅਸੀਂ ਜਿੰਨੇ ਸਾਨੂੰ ਪਾਰਟ ਸ਼ੇਡਡ ਕਰਨ ਨੂੰ ਕਿਹਾ ਅਸੀਂ ਉਹਦੇ ਜਿਹੜੇ 33 ਪਾਰਟ ਜਿਹੜੇ ਆ ਉਹ ਅਸੀਂ ਸ਼ੇਡਡ ਕਰ ਲਾਂਗੇ ਉਹਦਾ ਮਤਲਬ ਕੀ ਹੋਊਗਾ ਕਿ ਅਸੀਂ ਜਦੋਂ ਜੇ ਤਾਂ ਅਸੀਂ ਡੱਬੀਆਂ ਗਿਣ ਲਾਂਗੇ ਤਾਂ ਵੀ ਜੇ ਨਹੀਂ ਗਿਣਾਂਗੇ ਤਾਂ ਵੀ ਸਾਨੂੰ ਕੀ ਪਤਾ ਹੋਊਗਾ ਕਿ 33 ਭਾਗ ਅਸੀਂ ਪ੍ਰਾਪਤ ਕਰ ਲਏ ਆ ਜਾਂ ਮਤਲਬ ਇੱਕ ਬਕਸਾ ਸੀ ਬਕਸੇ 'ਚ 30 ਡੱਬੀਆਂ ਸੀ ਜਾਂ 100 ਡੱਬੀਆਂ ਸੀ ਉਹਨਾਂ 100 ਡੱਬੀਆਂ ਵਿੱਚੋਂ ਅਸੀਂ 33 ਡੱਬੀਆਂ ਪ੍ਰਾਪਤ ਕਰ ਲਈਆਂ 100 ਵਿੱਚੋਂ ਠੀਕ ਹੈ ਇਹਦਾ ਆਂਸਰ ਇਹ ਹੋਇਆ ਠੀਕ ਹੈ ਜੀ ਹੁਣ ਆਪਾਂ ਮੈਂ ਪਹਿਲਾਂ ਦੱਸ ਚੁੱਕਾ ਵੀ ਜੇ ਸਾਡੇ ਕੋਲ ਆਪਣੇ ਕੋਲ ਇੱਕ ਸਕੇਅਰ ਆ ਵਿੱਚੋਂ ਇੱਕ ਡੱਬਾ ਭਰ ਲਿਆ ਸ਼ੇਡਡ ਤਾਂ ਅਸੀਂ ਕੀ ਉਹਦਾ ਸਲਿਊਸ਼ਨ ਦੇਵਾਂਗੇ ਕਿ ਇੱਕ ਭਾਗ ਜਿਹੜਾ ਆ ਸਾਡੇ ਕੋਲ ਫੁੱਲ ਫਿਲਡ ਆ ਸ਼ੇਡਡ ਆ ਕਿੰਨੇ ਡੱਬਿਆਂ ਵਿੱਚੋਂ 4 ਡੱਬਿਆਂ 'ਚੋਂ ਠੀਕ ਹੈ ਹੁਣ ਇਹਦੇ ਆਪਾਂ ਦੇਖਾਂਗੇ ਅੱਗੇ ਸਿੰਪਲੈਸਟ ਫਾਰਮ ਮਤਲਬ ਸਧਾਰਨ ਭਿੰਨ ਕਹਿ ਸਕਦੇ ਹੋ ਠੀਕ ਹੈ ਹੁਣ ਦੇਖੋ ਭਿੰਨਾਂ ਦੇ ਵਿੱਚ ਜੇਕਰ ਸਾਨੂੰ 2 + 4 - 5 - 3 ਦਿੱਤਾ ਹੁਣ ਇਹ ਸਾਨੂੰ ਪਤਾ ਵਿੱਚ ਕੀ ਕਰਾਂਗੇ ਬੋਰਡ ਮਾਸ ਰੂਲ ਦੇ ਹਿਸਾਬ ਨਾਲ ਅਸੀਂ ਪਹਿਲਾਂ ਇਹਨਾਂ ਨੂੰ ਜਮ੍ਹਾਂ ਕਰ ਲਾਂਗੇ 4 + 2 = 6 - 6 - 3 9 - 5 ਠੀਕ ਹੈ 9 - 5 ਕਿੰਨਾ ਹੈ ਸਾਡੇ ਕੋਲ 4 ਇਹ ਸਾਡਾ ਆਂਸਰ ਹੈ ਹੁਣ ਦੇਖੋ ਪਰ ਜੇਕਰ ਸਾਡੇ ਕੋਲ ਫਰੈਕਸ਼ਨ ਫਾਰਮ 'ਚ ਆਵੇ ਭਿੰਨਾਂ ਵਿੱਚ ਠੀਕ ਹੈ ਕਿੱਦਾਂ ਆਉਣਗੇ ਜੇ ਮੰਨ ਲਓ ਸਾਡੇ ਕੋਲ 4/8 ਆਉਂਦਾ ਠੀਕ ਹੈ ਹੁਣ ਸਾਨੂੰ ਸਿੱਧਾ ਪਤਾ ਵਾ ਸਾਨੂੰ ਤਾਂ ਵੀ 4 ਇੱਕ 'ਤੇ ਇਕੱਠ ਹੁੰਦਾ ਅਤੇ 8 2 'ਤੇ ਕਿਉਂਕਿ 1 + 4 = 2 + 8 ਠੀਕ ਹੈ ਜੀ ਇਸ ਤਰੀਕੇ ਨਾਲ ਵੀ ਹੋ ਸਕਦਾ ਜੇ ਇਸ ਤਰੀਕੇ ਨਾਲ ਨਹੀਂ ਕਰਨਾ ਤਾਂ ਸਾਨੂੰ ਪਤਾ ਕੋਮਨ ਤਾਂ ਆਉਂਦਾ ਹੀ ਆ ਅਸੀਂ ਦੋਨਾਂ ਨੂੰ 4-4 ਨਾਲ ਭਾਗ ਕਰ ਲਾਂਗੇ ਇਹ ਤੋਂ ਬਾਅਦ 'ਚ ਕੀ ਹੋਊਗਾ 4/4 8/4 4 ਨੂੰ ਭਾਗ ਨਾਲ 4 ਕਰਾਂਗੇ 1 ਆ ਜੂਗਾ 4/2 8 2 ਆ ਠੀਕ ਹੈ 1/2 4/8 ਨੂੰ 1/2 ਲਿਖ ਸਕਦੇ ਅਸੀਂ ਇਹਨੂੰ ਸਿੱਧਾ ਵੀ ਕੱਟ ਸਕਦੇ ਹਾਂ 1 + 2 = 8 ਇਹ ਸਾਡੀ ਸਮਾਰਟ ਵਰਕ ਆ ਵੀ ਅਸੀਂ ਕਿੰਨਾ ਕੁ ਸਾਨੂੰ ਕਰਨਾ ਆਉਂਦਾ
ठीक है। इसे तरीके नाल देखो अगर साढ़े को 2/4 ता ए भी साढ़े एक पहाड़े ते आउंदा, असी पहला चेक करांगे कि ए की ए एक पहाड़े ते किसे एक पहाड़े ते आउंदा है, अगर ता आउंदा फिर ते इहनूं कट दांगे, अगर नहीं आउंदा फिर इहनूं एज इट इज पॉइंट्स दे विच आंसर जिहड़ा कढ़ांगे। ए साडी हैगी आ, इहनूं असी कहिंदे आ सिंपलेस्ट फॉर्म, ठीक है जी। हुण साडे कोल पिन्नां दीआं टाइप्स ओह किहड़ियां होणगीआं, फस्ट प्रॉपर फ्रैक्शन, पूर्ण जां उचित, दूसरी है इम्प्रॉपर फ्रैक्शन, ठीक है, इच क्योंकि अपूर्ण जां अनुचित पेन, ठीक है, अनुचित पेन मतलब अनुचित पेन जिहड़ी होगी साडे कोल समझ गए। ते थर्ड वन साढ़े कोल हुंदी आ मिक्सड फ्रैक्शन, फ्रैक्शन ठीक है, मिक्सड फ्रैक्शन की होगी, मिक्सड फ्रैक्शन हुंदी आ साढ़े कोल अनउचित पिन, मिक्सड फ्रैक्शन हुंदी आ जिहनूं असीं कहिंदे आ मिश्रित पिन। इहदे विच हुण असीं पिन्नां दीआं तिन टाइप्स करांगे, सब तो पहलां असीं कीती सी सिंपलेस्ट फॉर्म पिन दी फ्रैक्शन, ठीक है जी। उस तो पहला असं देखिए पेन किस रूप में लिखते, पी बटा क्यू रूप, क्यू इज नॉट इक्वल टू जीरो होना चाहिए पता लग गया, ठीक है, पिन्ना होंदियां किदा ये पता लग गया। फिर असी पिन्ना की साधारण फॉर्म की, साधारण सिंपलस्ट फॉर्म आ चीज़ होंगी है जिड़ी असी बिल्कुल शॉर्ट लैवल से कह लो भी समोलैसट जो नंबर अंक आापत जो कर लीजा। दैन साढ़े को पिन्ना दाइप्स तीन टाइप्स आ, पूर्ण अपूर्ण मिश्रित, प्रॉपर फ्रैक्शन, इमप्रॉपर फ्रैक्शन, मिक्सड फ्रैक्शन। सब तो पहला असं देखांगे प्रॉपर फ्रैक्शन, ठीक है, नाल नाल तुसीं अपनी कापियां च जरूर उतारिए क्योंकि जो वीडियो जी डिलीट भी हो सकती है, ठीक है जी। पूर्ण जा उचित पिन, ठीक है जी, इहदे विच की हुंदा इन्ना सानूं पता भी फ्रैक्शन जी प्यू बटा पी बाय क्यू फॉर्म विच हुंदी है, ठीक है जी। फिर पी साढ़े कोल की हुंदा अंश, ते क्यू साढ़े कोल हुंदा हर, ठीक है जी। इहदे विच की हुंदा जेकर हर वड्डा होवे तां उचित पिन होवेगी, मतलब 1/2 फॉर एग्जाम्पल, ठीक है जी। इफ 1/2 दैट मीन कॉल दैट इज कॉल्ड प्रॉपर फ्रैक्शन, क्योंकि इहदा जिहड़ा हर आ उह वड्डा है, ठीक है, अंश छोटा है, सो दैट्स वाई दिस इज कॉल्ड प्रॉपर फ्रैक्शन। हुण मैं मैनूं तुसीं दसना जां तुसीं दसोंगे मैं 4/6 लिख दूं, ठीक है, कि यह प्रॉपर है, हाँ यह प्रॉपर फ्रैक्शन है क्योंकि इसका जिहड़ा हर आ उह वड्डा। जे तुसीं इहनूं कट भी लओगे 2/3 आ जूगा, 2 × 4 = 2/3 आ गया, फिर भी जिहड़ा इहदा हर आ वड्डा, इसलिए प्रॉपर फ्रैक्शन है। हुण देखो अंश, जेकर साडे कोल अंश वड्डा है, जेकर अंश वड्डा है हर नालों तां अनुचित पिन होवेगी, ठीक है। जेकर अंश हर नालों वड्डा है, हुण अंश हर नालों किदां वड्डा होगा, देखो अंश की मतलब 4/3 होवे, ठीक है, एग्जाम्पल 5/2 होवे, 9/7 होवे, जिहड़े हारे आ हर छोटे हन अंश नालों तां अनुचित पिन होवेगी, ठीक है जी। हुण जदों इसकी जो आप डिवाइड करांगे तां इह डिवाइड सही नहीं होगी, देखो 9/7 1/7 = 2, ठीक है जी। हुण असीं पॉइंट विच लावांगे क्योंकि जो असीं 0 लाएंगे तो साडे कोल इत्थे पॉइंट लगूगा, 7 × 14, ठीक है जी, 60 आ गया। फिर असीं एज इट इज इदां असीं चले जाएंगे, 7 × 8 = 56, ठीक है जी, फिर साडे कोल 40 आ जूगा, फिर साडे कोल 7 × 4 = 28, 7 × 5 = 35 आ जूगा, ठीक है जी, एज इट इज चलू, मतलब ये साडे कोल जिहड़ी डेसीमल दे विच आंसर आ जाए जां सिंपल साधारण आ जाए
ओनू असी अनुचित भिन्न कहांगे। ठीक है जी, नैक्सट साढ़े को थर्ड पार्ट हैगा यार मिक्सड फ्रैक्शन। ठीक है जी, मिक्सड फ्रैक्शन की आ मिश्रित भिन्न। ठीक है जी, मिश्रित भिन्न की होंगी है, मान लो साढ़े को इतने आके इसे देखो इतने आके साढ़े को दो बचे सी, असं की लिखांगे इनू सत्त नाल भाग किया दो बच गया, बाकी जिहड़ा आंसर आया साढ़े को एक आया सी। ठीक है जी, हुण इहदा की सोल्यूशन रिलेशन की है इन्हां दा, इन्हां दोनों ने आपस विच गुणा होना, इन्हां दा जो आंसर आया वह दोनों ने उसने इहदे नाल प्लस होना। देखो सत्त एक सत्त जमा दो वटा सत्त बराबर नौ वटा सत्त, सत्त एज इट इज लग गया, सत्तू एकम सत्त जमा दो नौ वटा सत्त ओही फ्रैक्शन बन गई, इहनू असीं कहिंदे आ मिश्रित भिन्न। ठीक है जी, ਇਹ ਮਿਕਸਰਤ ਭਿੰਨ ਕਿੱਦਾਂ ਹੁੰਦੀ, ਮੰਨ ਲਓ ਮੇਰੇ ਕੋਲ ਹੋਵੇ ਪੰਜ ਵਟਾ ਚਾਰ, ਠੀਕ ਹੈ ਚਲੋ ਪੰਦਰਾਂ ਵਟਾ ਚਾਰ ਲਾ ਲਓ ਤੁਸੀਂ, ਪੰਦਰਾਂ ਦੀ ਭਾਗ ਕਰ ਦਾਂਗਾ, ਚਾਰ ਤੀਏ ਬਾਰਾਂ ਬਚ ਗਿਆ ਤਿੰਨ। ਠੀਕ ਹੈ ਜੀ, ਮੈਂ ਕੀ ਲਿਖੂੰਗਾ, ਚਾਰ ਮੈਂ ਥੱਲੇ ਲਿਖਿਆ ਸੀ ਪਹਿਲਾਂ ਵੀ, ਚਾਰ ਨਾਲ ਭਾਗ ਕਰ ਰਿਹਾ, ਜੋ ਮੇਰੇ ਕੋਲ ਬਚ ਗਿਆ ਬਾਕੀ ਉਹਨੂੰ ਮੈਂ ਉੱਪਰ ਲਿਖੂੰਗਾ, ਜਿਸ ਦੇ ਨਾਲ ਕੱਟਿਆ ਗਿਆ ਉਹ ਹੋਊਗਾ ਤਿੰਨ ਇੱਥੇ, ਚਾਰ ਤੀਏ ਬਾਰਾਂ ਜਮਾਂ ਤਿੰਨ, ਬਾਰਾਂ ਜਮਾਂ ਤਿੰਨ ਵਟਾ ਚਾਰ, ਚਾਰ ਤੀਏ ਬਾਰਾਂ ਜਮਾ ਤਿੰਨ ਆ ਗਿਆ, ਬਾਰਾਂ ਜਮਾ ਤਿੰਨ ਪੰਦਰਾਂ ਵਟਾ ਚਾਰ, ਸਮਝ ਲੱਗੀ। ਠੀਕ ਹੈ ਜੀ, ਇਸ ਤਰੀਕੇ ਜਿਹੜੀ ਹੈਗੀ ਆਪਣੀ ਮਿਕਸਡ ਫ੍ਰੈਕਸ਼ਨ ਹੋ ਗਈ। ਠੀਕ ਹੈ ਜੀ, ਹੁਣ ਅਸੀਂ ਇਹਦੇ ਵਿੱਚ ਕਰਾਂਗੇ ਆਪਣੇ ਕੋਲ ਇੱਕੋ ਜਿਹਾ ਤਾਂ ਆਪਾਂ ਕਰ ਲਿਆ ਵੀ ਆਪਣੇ ਭਿੰਨਾਂ ਜਿਹੜੀਆਂ ਕਰ ਲਈਆਂ ਹੈ ਨਾ, ਹੁਣ ਅਸੀਂ ਕਰਨਾ ਅੱਗੇ ਜੋੜ ਭਿੰਨਾਂ ਦਾ। ਜੇਕਰ ਧਿਆਨ ਦਿਓ ਵੀ ਜੇਕਰ ਹਰ ਇੱਕੋ ਜਿਹਾ ਹੋਵੇ, ਇੱਕੋ ਜਿਹਾ ਹੋਵੇ, ਧਿਆਨ ਰੱਖਣਾ ਇਹ ਵੀ ਇੱਕ ਵਟਾ ਦੋ ਜਮਾਂ ਇੱਕ ਵਟਾ ਦੋ, ਮੰਨ ਲਓ ਜੇਕਰ ਸਾਡੇ ਕੋਲ ਭਿੰਨਾਂ ਦਾ ਹਰ ਇੱਕੋ ਜਿਹਾ ਹੋਵੇ ਤਾਂ ਅਸੀਂ ਜੋੜ ਕਰਨਾ ਹੋਵੇ, ਹਰ ਇੱਕੋ ਜਿਹਾ ਜੋੜ ਕਰਨਾ ਤਾਂ ਅਸੀਂ ਇਹਦਾ ਐਲਸੀਅਮ ਦੋ ਹੀ ਲਵਾਂਗਾ। ਠੀਕ ਆ, ਥੱਲੇ ਵਾਲਾ ਦੋ ਉੱਪਰਲਾ ਜੋੜ ਕਰ ਦਿਓ ਇੱਕ ਜਮਾਂ ਇੱਕ, ਇਹਨਾਂ ਨੂੰ ਇੱਕ ਲਿਖ ਦਿਓ, ਇੱਕ ਜਮਾਂ ਇੱਕ ਦੋ ਵਟਾ ਦੋ ਇੱਕ ਆਂਸਰ ਆ ਗਿਆ ਇੱਕ ਸਾਡੇ। ਠੀਕ ਹੈ ਜੀ, ਹੁਣ ਦੇਖੋ ਐਜ ਇਟ ਇਜ਼ ਤੁਸੀਂ ਇਹਦਾ ਆਂਸਰ ਲਿਖ ਸਕਦੇ, ਇਹਦੇ ਵਰਗੀ ਹੋਰ ਫਾਰਮ ਵੀ ਆ ਸਕਦੀ। ਜੇਕਰ ਜੇਕਰ ਹੋਵੇ ਸਾਡੇ ਕੋਲ ਅਲੱਗ ਅਲੱਗ ਹੋਵੇ, ਠੀਕ ਹੈ, ਸਭ ਤੋਂ ਪਹਿਲਾਂ ਕੀ ਕਰਨਾ ਅਸੀਂ, ਮੰਨ ਲਓ ਇੱਕ ਵਟਾ ਦੋ ਜਮਾਂ ਇੱਕ ਵਟਾ ਤਿੰਨ, ਜਦੋਂ ਅਸੀਂ ਚੈੱਕ ਕਰਨਾ ਪਹਿਲਾਂ ਵੀ ਹਰ ਇੱਕ ਜੇ ਹੈਗੇ ਫਰੈਕਸ਼ਨ ਫਾਰਮ 'ਚ ਜੋੜਨਾ ਹੋਵੇ ਜਾਂ ਘਟਾਉਣਾ ਹੋਵੇ, ਇਹਦਾ ਕਰਾਂਗੇ ਵੀ ਹਰ ਇੱਕੋ ਜਿਹਾ ਹੈ ਨਹੀਂ, ਸਾਡੇ ਕੋਲ ਹਰ ਇੱਕੋ ਜਿਹਾ ਨਹੀਂ, ਜਾਂ ਤਾਂ ਅਸੀਂ ਇਹਦਾ ਐਲਸੀਅਮ ਲੈ ਲਾਂਗੇ ਦੋ ਤੇ ਤਿੰਨ ਦਾ। ਠੀਕ ਹੈ ਜੀ, ਤੇ ਜਾਂ ਅਸੀਂ ਦੋ ਗੁਣਾ ਤਿੰਨ ਬਰਾਬਰ ਛੇ ਐਲਸੀਅਮ ਆ ਗਿਆ, ਤੇ ਜਾਂ ਅਸੀਂ ਕੀ ਕਰਾਂਗੇ, ਅਸੀਂ ਇਹਨਾਂ ਨੂੰ ਕ੍ਰੋਸ ਮਲਟੀਪਲਾਈ ਕਰਾਂਗੇ, ਕਿੱਦਾਂ, ਪਹਿਲਾਂ ਤਾਂ ਦੋ ਗੁਣਾ ਤਿੰਨ ਛੇ, ਫਿਰ ਤਿੰਨ ਏਕਮ ਤਿੰਨ ਜਮਾਂ ਦੋ ਏਕਮ ਦੋ, ਠੀਕ ਹੈ ਜੀ, ਪੰਜ ਵਟਾ ਛੇ। ਠੀਕ ਹੈ, ਮਤਲਬ ਤਿੰਨ ਗੁਣਾ ਇੱਕ ਦੋ ਜਮਾਂ ਇੱਕ ਪੰਜ, ਤਿੰਨ ਜਮਾਂ ਦੋ ਛੇ, ਥੱਲੇ ਦਾ ਥੱਲੇ ਐਜ਼ ਇਟ ਇਜ਼ ਆ ਜਾਣਾ, ਇਹਨਾਂ ਦੋਨਾਂ ਨੂੰ ਗੁਣਾ ਕਰ ਦੇਣਾ। ਠੀਕ ਹੈ ਜੀ, ਹੁਣ ਚਾਹੇ ਐਲਸੀਅਮ ਲੈ ਕੇ ਕਰ ਲਓ, ਚਾਹੇ ਤੁਸੀਂ ਇੱਦਾਂ ਗੁਣਾ ਕਰ ਲਓ, ਤੁਹਾਡੀ ਮਰਜ਼ੀ ਹੈ। ਠੀਕ ਹੈ, ਥੱਲੇ ਅਸੀਂ ਇਹਨਾਂ ਦੋਨਾਂ ਨੂੰ ਗੁਣਾ ਕਰਕੇ ਦੇਖਣੇ ਆ, ਸਾਡੇ ਕੋਲ ਫਰੈਕਸ਼ਨ ਆ ਗਈ ਪੰਜ ਵਟਾ ਛੇ। ਠੀਕ ਹੈ ਜੀ, ਜੇਕਰ ਸਾਡੇ ਕੋਲ ਹਰ ਇੱਕੋ ਜਿਹਾ ਹੋਵੇ, ਸਾਨੂੰ ਪਤਾ ਸੌਖਾ ਹੀ ਕੰਮ ਆ, ਅਤੇ ਜੇਕਰ ਸਾਡੇ ਕੋਲ ਅੰਸ਼ ਵੱਖਰੇ ਵੱਖਰੇ ਆ ਤਾਂ ਅਸੀਂ ਇਹਨੂੰ ਇਸ ਤਰੀਕੇ ਨਾਲ ਕਰਾਂਗੇ। ਹੁਣ ਜੇ ਸਾਡੇ ਕੋਲ ਕੁਛ ਨਾ ਹੈਗਾ ਦੋ ਵਟਾ ਇੱਕ ਜਮ੍ਹਾਂ ਦੋ ਵਟਾ ਤਿੰਨ, ਹੁਣ ਦੇਖੋ ਇੱਥੇ ਸਾਡੇ ਕੋਲ ਇੱਕ ਆ, ਅਸੀਂ ਚਾਹੇ ਤਿੰਨ ਦਾ ਇੱਕ ਦਾ ਐਲਸੀਅਮ ਲੈ ਲਈਏ ਤਾਂ ਵੀ ਤਿੰਨ ਹੀ ਆਉਣਾ, ਤਿੰਨ ਗੁਣਾ ਇੱਕ ਕਰ ਲਈਏ ਤਾਂ ਵੀ ਸਿੱਧਾ ਤਿੰਨ। ਠੀਕ ਹੈ ਜੀ, ਇਹਨੂੰ ਇੰਨਾ ਗੁਣਾ ਕਰ ਦਿਓ, ਦੋ ਤੀਏ ਛੇ ਜਮ੍ਹਾਂ ਦੋ ਏਕਮ ਦੋ, ਅੱਠ ਵਟਾ ਤਿੰਨ ਆਂਸਰ ਆ ਗਿਆ ਸਾਡੇ। ਠੀਕ ਹੈ ਜੀ, ਇਹ ਸਾਡੀ ਸੀ ਫਰੈਕਸ਼ਨ ਫਾਰਮ ਦੀ ਜਿਹੜੀ ਜੋੜਾਂ ਜੋੜ ਕਿੱਦਾਂ ਕਰਨੇ। ਇਸੇ ਤਰੀਕੇ ਨਾਲ ਹੀ ਦੇਖੋ ਅੱਗੇ ਕੁਸ਼ਚਨ ਹੈਗਾ ਘਟਾਓ ਦਾ। ਠੀਕ ਹੈ ਜੀ, ਹੁਣ ਘਟਾਓ ਦੇ ਵਿੱਚ ਵੀ ਜੇਕਰ ਇੱਕ ਵਟਾ ਦੋ ਮਾਈਨਸ ਇੱਕ ਵਟਾ ਦੋ ਹੈ, ਠੀਕ ਹੈ, ਜਾਂ ਚਾਰ ਵਟਾ ਦੋ ਮਾਈਨਸ ਨੌ ਵਟਾ ਦੋ ਹੈ, ਠੀਕ ਹੈ ਜੀ, ਅਤੇ ਅਸੀਂ ਕੀ ਕਰਾਂਗੇ ਜੇਕਰ ਸਾਡੇ ਕੋਲ ਅੰਸ਼ ਇੱਕੋ ਜਿਹੇ ਆ, ਉਹ ਹਰ ਇੱਕੋ ਜਿਹੇ ਆ, ਤਾਂ ਦੋ ਐਲਸੀਅਮ ਜਾਂ ਦੋਨਾਂ 'ਚੋਂ ਇੱਕ ਲਿਖ ਲਓ, ਦੋ ਚੌਕੇ ਅੱਠ, ਠੀਕ ਹੈ ਜੀ, ਦੋ ਨਹੀਂ ਸੋਰੀ, ਅਸੀਂ ਜੇਕਰ ਸਾਡੇ ਕੋਲ ਹਰ ਇੱਕੋ ਜਿਹੇ ਆ ਤਾਂ ਅਸੀਂ ਹਰ ਲਿਖ ਲੈਣਾ, ਤਾਂ ਇਹਨਾਂ ਦੋਨਾਂ ਨੂੰ ਘਟਾ ਦੇਣਾ। ਠੀਕ ਹੈ ਜੀ,
जे साडे कोल हर वक्रे वक्रे हो, ठीक है जी, असी इन्हां दा एलसीएम लवांगे पहला सेम एज इट इज, ते जां असी सीधा गुणा करके इहनूं इन्ना गुणा करांगे, 12 माइनस 2 9 18, ठीक है जी, माइनस 6 बटा 6 जां सीधा करांगे, फिर की करांगे, 6 नाल 6 कटा गया बराबर माइनस 1, साडे कोल आंसर आ गया, ठीक है जी, ठीक है जी। ये साडे कोल घटाओ दे विच ते जिहड़ी इहदी जमा दे विच बिल्कुल सेम चीज आ, असी इहनूं कोई फर्क नहीं, सिर्फ एक माइनस ते प्लस दा जिहड़ा फर्क पैंदा, ठीक है जी, इन्हां दे विच सिर्फ एक माइनस ते प्लस दा ही फर्क पैंदा, होर इहदे विच कोई खास नहीं फर्क पैंदा, तुसी अपने वल्लों रकमां लैके जिहड़ियां मैं तुसी इहनां नूं अगे कर सकदे आ। हुण देखो मैं तुहानूं रकम लिख देना, तुसी जिहड़ी सोल्व करनी है, ठीक है जी, 4/7 अगे क्वेश्चन हैगा, आपां तुहानूं एक होर रकम दे दिंदे आ, ठीक है जी, 3/4 माइनस 5/6, ठीक है जी, ਤੁਸੀਂ ਇਹਨਾਂ ਐਲਸੀਅਮ ਲੈ ਕੇ ਵੀ ਕਰ ਸਕਦੇ, ਸਿੱਧਾ 6^24 ਨਾਲ ਵੀ ਕਰ ਸਕਦੇ, ਇਹ ਤੁਹਾਡੀ ਇੱਛਾ, ਅਗਰ ਐਲਸੀਅਮ ਲੈ ਕੇ ਕਈ ਵਾਰੀ ਵੱਡੀਆਂ ਸੰਖਿਆਵਾਂ ਹੋਣ ਤਾਂ ਐਲਸੀਅਮ ਲੈ ਕੇ ਅਸੀਂ ਉਹਨਾਂ ਨੂੰ ਈਜ਼ੀਲੀ ਜਿਹੜਾ ਸੋਲਵ ਆਊਟ ਆ ਅਸੀਂ ਕਰ ਸਕਦੇ ਹਾਂ, ਠੀਕ ਹੈ ਜੀ। ਹਾਂਜੀ ਹੁਣ ਦੇਖੋ ਅੱਗੇ ਮਾਈਨਸ ਵਾਲਾ ਸਾਡਾ ਸੋਲਵ ਹੋ ਗਿਆ ਜੀ, ਠੀਕ ਹੈ, ਤੁਹਾਨੂੰ ਪਤਾ ਲੱਗ ਗਿਆ ਵੀ ਜੋ ਅਸੀਂ ਪਲੱਸ ਵਿੱਚ ਕੀਤਾ ਉਹੀ ਮਾਈਨਸ ਕਰਨਾ। ਹੁਣ ਅੱਗੇ ਸਾਡੇ ਕੋਲ ਹੈਗੀ ਗੁਣਾ ਮਲਟੀਪਲਾਈ, ਠੀਕ ਹੈ ਜੀ, ਸੋ ਈਜ਼ੀ, ਬਹੁਤ ਈਜ਼ੀ ਆ, ਕੋਈ ਐਲਸੀਅਮ ਲੈਣ ਦੀ ਲੋੜ ਨਹੀਂ, ਕੋਈ ਤੁਹਾਨੂੰ ਹਾਰ ਅੰਸ਼ ਦੇਖਣ ਦੀ ਲੋੜ ਨਹੀਂ, ਸਿੱਧਾ ਹੀ 1/2 ਗੁਣਾ 1/2 ਉੱਪਰਲੇ ਉੱਪਰਲੇ ਨਾਲ ਗੁਣਾ ਕਰ ਦਿਓ, ਠੀਕ ਹੈ ਜੀ, 2 ਥੱਲੇ ਥੱਲੇ ਨਾਲ ਗੁਣਾ ਕਰ ਦਿਓ, ਠੀਕ ਹੈ ਜੀ। ਜੇ ਸਾਡੇ ਕੋਲ ਕੁਸ਼ਚਨ ਆ ਜਾਵੇ 5/6 ਗੁਣਾ 4/7, ਮਤਲਬ ਚਾਹੇ ਅੰਸ਼ ਇੱਕੋ ਜਿਹੇ ਹੋਣ, ਚਾਹੇ ਨਾ ਹੋਣ, ਚਾਹੇ ਹਰ ਇੱਕੋ ਜਿਹੇ ਹੋਣ ਨਾ ਹੋਣ, ਕੋਈ ਪ੍ਰੋਬਲਮ ਨਹੀਂ, 5 × 2 = 20, 7 × 6 = 42, ਬਸ ਇਹ ਆ ਵੀ ਇਹਦੇ ਵਿੱਚ ਜੇ ਤਾਂ ਕੁਛ ਵੀ ਕੋਮਨ ਆ ਰਿਹਾ ਤਾਂ ਕੱਟ ਦਿਓ, ਜਿੱਦਾਂ ਹੁਣ ਇਹਦੇ ਵਿੱਚ 2 ਕੋਮਨ ਆ ਰਿਹਾ, 2 × 10 = 20, 21 × 2 = 42, ਮਤਲਬ 10/21, ਮਤਲਬ 2 ਜਿਹੜਾ ਸੀ ਇਹਨਾਂ ਦੋਨਾਂ ਦੇ ਵਿੱਚ ਕੋਮਨ ਸੀ, ਮਤਲਬ ਸਾਂਝਾ, ਠੀਕ ਹੈ, ਮੈਂ 2 ਦੇ ਪਹਾੜੇ 'ਤੇ ਗਿਆ, 10 × 20, 21 × 2 = 42, ਇਹ ਸਾਡੇ ਕੋਲ ਆ ਗਈ ਸਧਾਰਨ ਫਾਰਮ, ਸਿੰਪਲੈਸਟ ਫਾਰਮ, ਨੋਰਮਲ ਫਾਰਮ ਜਿਹਨੂੰ ਕਹਿ ਸਕਦੇ, ਠੀਕ ਹੈ। ਅੱਗੇ ਸਾਡੇ ਕੋਲ 7/5/7 ਗੁਣਾ 8/9, ਠੀਕ ਹੈ ਜੀ, ਤੁਸੀਂ ਇਹ ਸੋਲਵ ਕਰਕੇ, ਇੱਦਾਂ ਦੀ ਕੋਈ ਵੀ ਕੁਸ਼ਚਨ ਹੋਵੇ ਤੁਸੀਂ ਜਿਹੜਾ ਸੋਲਵ ਕਰ ਸਕਦੇ, ਠੀਕ ਹੈ ਜੀ। ਹੁਣ ਗੁਣਾ ਵੀ ਹੋ ਗਈ, ਬਹੁਤ ਈਜ਼ੀ ਆ, ਬਹੁਤ ਛੇਤੀ ਹੋ ਗਿਆ ਇਹ ਪਾਰਟ, ਕਿਉਂਕਿ ਪਲੱਸ ਅਤੇ ਮਾਈਨਸ ਦੇ ਵਿੱਚ ਜਿਹੜਾ ਸੀਗਾ ਐਲਸੀਅਮ ਦਾ ਚੱਕਰ ਪੈਂਦਾ, ਪਰ ਜਿਹੜਾ ਗੁਣਾ ਆ ਉਹਦੇ ਵਿੱਚ ਕੋਈ ਵੀ ਇਹੋ ਜਿਹਾ ਜਿਹੜਾ ਪ੍ਰੋਬਲਮ ਆਪਾਂ ਨੂੰ ਨਹੀਂ ਪੈਂਦੀ। ਹੁਣ ਦੇਖੋ ਅਸੀਂ ਅੱਗੇ ਕਰਨਾ ਭਾਗ ਡਿਵਾਈਡ, ਠੀਕ ਹੈ ਜੀ, ਇਹ ਵੀ ਕੁਛ ਜ਼ਿਆਦਾ ਔਖਾ ਨਹੀਂ, ਬਹੁਤ ਸੌਖਾ, ਦੇਖੋ 1/2 ਡਿਵਾਈਡਡ ਬਾਏ 4/5, ਠੀਕ ਹੈ ਜੀ, ਸੋਲਵ ਕਿੱਦਾਂ ਕਰਨਾ, ਦੇਖੋ ਇੱਕ ਤਾਂ ਸਾਡੇ ਕੋਲ ਮਤਲਬ ਹੋ ਗਿਆ 1/4 ਹੋ ਗਿਆ, ਅਤੇ 2/5 ਹੋ ਗਿਆ, ਇਹ ਤਾਂ ਕੱਟ ਹੀ ਨਹੀਂ ਹੁੰਦੇ ਕਿਸੇ 'ਤੇ ਵੀ, ਆਪਾਂ ਇਹਨਾਂ ਨੂੰ ਸਿਰਫ ਪੁਆਇੰਟਾਂ 'ਚ ਆਨਸਰ ਹੋਊਗਾ, ਠੀਕ ਹੈ, ਇਸ ਕਰਕੇ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਖਾਂਗੇ, ਠੀਕ ਹੈ। ਹੁਣ ਕੀ ਕਰਾਂਗੇ ਅਸੀਂ, ਮੈਂ ਕੀ ਕਰਦਾ 1/2 ਗੁਣਾ, ਦੇਖਿਓ ਕੀ ਕਰਨਾ, ਜਦੋਂ ਅਸੀਂ ਸਾਈਨ ਬਦਲਿਆ, ਇੱਧਰ ਵਾਲੀ ਰਕਮ ਜਿਹੜੀ ਆ ਸੱਜੇ ਹੱਥ ਵਾਲੀ, ਖੱਬੀ ਨਹੀਂ ਸੱਜੇ ਹੱਥ ਵਾਲੀ, ਉਹਦਾ ਜਿਹੜਾ ਹਾਰ ਆ ਉੱਪਰ ਚਲ ਜਾਣਾ, ਅੰਸ਼ ਥੱਲੇ ਆਉਣ, ਮਤਲਬ 5/4, ਠੀਕ ਹੈ ਜੀ, ਇਹਨਾਂ ਨੇ ਉੱਪਰ ਥੱਲੇ ਜਿਹੜਾ ਆ ਹੋ ਜਾਣਾ, ਠੀਕ ਹੈ ਜੀ, ਮਤਲਬ ਜਦੋਂ ਮੈਂ ਸਾਈਨ ਬਦਲਿਆ, ਹਰ ਉੱਪਰ ਚਲ ਜਾਣਾ ਅੰਸ਼ ਬਣ ਜਾਣਾ, ਅੰਸ਼ ਨੇ ਹਰ ਬਣ ਜਾਣਾ, ਠੀਕ ਹੈ ਜੀ, ਇਹਨੂੰ ਅੱਗੇ ਜੇ ਤਾਂ ਕੱਟ ਹੁੰਦਾ, ਠੀਕ ਆ, ਨਹੀਂ ਕੱਟ ਹੁੰਦਾ ਤਾਂ 5 × 5 = 5, 4 × 2 = 8, ਠੀਕ ਹੈ ਜੀ, ਆਨਸਰ ਆ ਗਿਆ, ਠੀਕ ਹੈ ਜੀ। ਇਹ ਫਾਰਮ ਤੁਹਾਨੂੰ ਜਿਹੜੀ ਆ ਇਸ ਤਰੀਕੇ ਨਾਲ ਵੀ ਆ ਸਕਦੀ, 1/2 / 4/5, ਇਹਨੂੰ ਤੁਸੀਂ ਕੀ ਲਿਖਾਂਗੇ, ਫਿਰ ਵੀ 1/2 ਜਦੋਂ ਅਸੀਂ ਇਹਨੂੰ ਗੁਣਾ ਕਰੋਗੇ, ਠੀਕ ਹੈ ਜੀ, ਮਤਲਬ ਇਹਨੂੰ ਜਦੋਂ ਉੱਪਰ ਲੈ ਕੇ ਆਵਾਂਗੇ, ਜਦੋਂ ਇਹਨੂੰ ਅਸੀਂ ਉੱਪਰ ਲੈ ਕੇ ਆਵਾਂਗੇ ਤਾਂ ਸਾਡੇ ਕੋਲ 5 ਫਿਰ ਉੱਪਰ ਜਾਣਾ, 4 ਥੱਲੇ ਆਉਣਾ, ਠੀਕ ਹੈ ਜੀ, ਕਿਉਂਕਿ 2 × 2 = 5 ਕੱਟਾਂਗੇ, 1 × 4 ਕੱਟਾਂਗੇ, ਇੱਥੇ ਵੀ 1 × 4 ਕੱਟਿਆ, 2 × 5 ਕੱਟ ਸਕਦੇ ਹਾਂ, ਮੰਨ ਲਓ ਜੇ ਸਾਡੇ ਕੋਲ ਇੱਥੇ 6 ਹੋਵੇ, ਫਿਰ ਅਸੀਂ 2 × 6 ਕੱਟ ਹੀ ਸਕਦੇ ਹਾਂ ਉੱਪਰ ਨੂੰ ਕਰਕੇ, ਅਤੇ ਇੱਥੇ 2 ਹੋਵੇ, 2 × 4 ਕੱਟ ਦਾਂਗੇ, ਇਸੇ ਤਰੀਕੇ ਨਾਲ ਮੈਂ ਆਹ ਚੀਜ਼ ਨਹੀਂ ਲਿਖੂੰਗਾ, ਇਹ ਤੁਹਾਨੂੰ ਪੇਪਰ ਵਿੱਚ ਆ ਜ਼ਰੂਰ ਸਕਦੀ ਹੈ, ਠੀਕ ਹੈ, ਹੋ ਸਕਦਾ ਤੁਹਾਨੂੰ ਇੱਦਾਂ ਸਵਾਲ ਪਾ ਦੇਣਾ 1/2 ਅਤੇ 4/5 ਨੂੰ ਸੋਲਵ ਕਰੋ ਜੀ, ਜੋ ਵੀ ਤੁਹਾਨੂੰ ਉਹਨਾਂ ਨੇ ਕਿਹਾ ਫਰੈਕਸ਼ਨ ਸਧਾਰਨ ਭਿੰਨ ਵਿੱਚ ਲਿਖੋ, ਇਸ ਤਰੀਕੇ ਨਾਲ ਵੀ ਆ ਸਕਦੀ ਆ, ਜਾਂ 1/2 / 2/4/5 ਸਧਾਰਨ ਫਾਰਮ ਲਿਖੋ, ਸਧਾਰਨ ਭਿੰਨ ਵਿੱਚ ਲਿਖੋ, ਇਸ ਤਰੀਕੇ ਨਾਲ ਵੀ ਆ ਸਕਦੀ,
घबराने की लोड़ नहीं, इन पहला सॉल्व आउट करो कि एक वटा दो लिखो चार वटा पांच बचकाले बराबर का साइन मतलब एक वटा दो डिवाइड बाय चार वटा पांच इन एक वटा दो गुणा करके पांच वटा चार इन गुणा कर लो पांच चार दूनी अठ आंसर तुहाडा सही आ जाऊगा। ठीक है जी, कोई भी जो समझ लो तुसीं भी इनू घबराने की लोड़ नहीं है। अगले क्वेश्चन है कि सत वटा अठ डिवाइड बाय एक वटा दो। ठीक है जी, ये तुसीं सॉल्व करना आप। ठीक है जी, ये तुसीं हुण सॉल्व कर लेना। होर भी क्वेश्चन पा सकते आप, तीन वटा नौ डिवाइड बाय चार वटा सत। ठीक है जी, ये चीज जिहड़ी तुसीं आ एक ही ले लैणी, चलो आप इत्थे। ठीक है जी, इत्थे मैं ले लैणा अठ। ठीक है जी, ये जिहड़े तुसीं सॉल्व कर लेने बहुत ईजी आ। भिन्ना असीं सिंपलीफिकेशन जिहड़ा आ कर रहे हैं, सिंपलीफिकेशन दे विच भिन्ना दे विच असीं आ गए हैं। ठीक है जी, हुण असीं करांगे कंपैरिजन ऑफ, इस तों अगे असीं करांगे कंपैरिजन ऑफ फ्रैक्शन मतलब भिन्ना की तुलना। ठीक है जी, भिन्ना की असी तुलना करनी, पहला आप कर चुके हैं ऑलरेडी भिन्ना का जोड़ घटा गुणा भाग। ठीक है जी, फिर असी सारी चीजा कर लिया, सॉल्व आउट कर लिया, देख लिया। ठीक है, हम देखो जो असं भिन्ना की तुलना करनी है तो ये की होगा, असी देख रहे हैं भी सिंपल चीजा सू दतियां, असी देखे सब तो वड्डा कि सू पता भी पांच जड़ा वड्डा वड्डे वाल मूँह खोल दो सौखेगा। ठीक है जी, हम जो मान लो असी वाधे क्रम में लिखना एक दो तीन चार पाँच वाधे जावे, छोटे क्रम च जावे फिर सू छोटे क्रम च पांच चार एक। ठीक है जी, ये साढ़े को जी फॉर्म आ जे घट दे क्रम च। ठीक है जी, आ है वाधे क्रम च। ठीक है जी, जे सू समय लग गई, हम जेकर सू चिन्ह दर्शा पै जाए उदा सू पता पांच, जे चिन्ह दर्शा पवे तो असं एक चिन्ह वड्डा एक छोटा है दो नाल दो छोटा है तीन नाल तीन छोटा है चार नाल चार छोटा है पांच नाल। पर हम भिन्ना दे विच देखो जे तो साढ़े को दो तीन चार पांच मान लो आ साढ़े को भिन्न आ गई। ठीक है जी, जे तो साढ़े को अंश वड्डा है, अंश वड्डा है ता जो रकम वड्डी है वो वड्डी भिन्न होवेगी। ठीक है, जेकर अंश वड्डा है, ध्यान रखना जेकर अंश वड्डा है ता जो रकम वड्डी है वो वड्डी भिन्न होवेगी। ठीक है जी, हुण देखो भी जे साडे कोल अंश छोटा होवे हर वड्डे होण जां अंश इक्को जिहा होवे हर वड्डा वड्डे होण तां वड्डी भिन्न छोटी होवेगी। देखो किवें, देखो एक दो मान लो एक आ जांदा है ना, मान लो उपर एक थले दो तीन चार पांच छे इतने एक रहन दो। ठीक है, हुण देखो जो साडे कोल आ फॉर्म आ जाए हर वड्डे होण अंश इक्को जिहे होण फिर असीं वड्डी रकम नूं वड्डी नहीं कहांगे। ठीक है, की मतलब इहदा, इहदा मतलब आ एक चीज दे दो टुकड़े, आपां भिन्ना विच कीते सी शुरुआत विच मैं कहा सी एक चीज दे दो टुकड़े, एक चीज दे तीन टुकड़े, एक चीज दे चार, एक दे पंज, एक दे छे। मान लो तुसीं इदां नहीं समझ आ रही तां इह चीज समझो, मान लो तुहाडे कोल इक बीजा सी ਉਹ ਦੋ ਜਣੇ ਨੇ ਖਾ ਲਿਆ, ਮੰਨ ਲਓ ਅੱਧਾ ਤਾਂ ਖਾ ਲਿਆ, ਹੁਣ ਜੇ ਉਹਦੀ ਜਗ੍ਹਾ ਤੇ ਇੱਕ ਪੀਜੇ ਦੀ ਜਗ੍ਹਾ ਤੇ ਆਪਾਂ ਦੋ ਜਣੇ ਖਾ ਰਹੇ ਸੀ ਫਿਰ ਅਸੀਂ ਛੇ ਜਣੇ ਖਾ ਰਹੇ ਉਹ ਸਾਨੂੰ ਕਿੰਨਾ ਕਿੰਨਾ ਕਹੂਗਾ ਤੁਸੀਂ ਆਪ ਹੀ ਸੋਚੋ ਹੈ ਨਾ। ਜੇ ਸਾਡੇ ਕੋਲ ਇੱਕ ਪੈਕਟ ਆ ਉਹ 'ਚ ਸਾਨੂੰ ਕੋਈ ਛੇ ਟੋਫੀਆਂ ਤਾਂ ਸਰ ਜੇ ਦੋਵਾਂ 'ਚ ਵੰਡਾਂਗੇ ਤਿੰਨ ਤਿੰਨ ਆ ਗਈਆਂ, ਤਿੰਨ ਤਿੰਨ ਟੋਫੀਆਂ ਮਿਲ ਗਈਆਂ। ਜੇ ਸਾਡੇ ਕੋਲ ਇੱਕ ਪੈਕਟ 'ਚ ਛੇ ਫੁੱਟ ਛੇ ਟੋਫੀਆਂ ਛੇ ਬੰਦੇ ਅਤੇ ਛੇਆਂ ਨੂੰ ਇੱਕ ਇੱਕ ਮਿਲੀ, ਦੈਟ ਮੀਨ ਕੀ ਆ ਇੱਕ ਵਟਾ ਦੋ ਜਿਹੜੀ ਫ੍ਰੈਕਸ਼ਨ ਆ ਉਹ ਸਾਡੇ ਕੋਲ ਵੱਡੀ ਹੈ। ਬਿਲਕੁਲ ਉਲਟ ਹੋ ਗਿਆ ਨਾ, ਜਦੋਂ ਜਿਹੜੀ ਫ੍ਰੈਕਸ਼ਨ ਹੈ ਵੱਡੀ ਆ
ठीक है, तो इस करके जिहड़ी फ्रैक्शन वड्डी आ उह छोटी होवेगी, जिहड़ी छोटी है उह वड्डी होवेगी। ठीक है जी, फ्रैक्शन भिन्नां दी तुलना जिहड़ी अपने कोल होगी। हुण देखो, मतलब हुण देखो असीं देखणे आ कि भिन्न इह तां देख लई कि जदों अंश छोटे आ, जदों अंश छोटे आ ते जिहड़े हर हुंदे आ ਉਹ ਵੱਖਰੇ ਹੋਣ ਤੇ ਵੱਡੇ ਵੱਡੇ ਜਾਂਦੇ ਹੋਣ, ਤਾਂ ਜਿਹੜਾ ਛੋਟੀ ਭੈਣ ਹੁੰਦੀ ਆ ਉਹ ਸਾਡੇ ਕੋਲ ਵੱਡੀ ਹੁੰਦੀ ਆ। ਠੀਕ ਹੈ ਜੀ, ਜੇ ਸਾਡੇ ਕੋਲ ਅੰਸ਼ ਜਿਹੜਾ ਹੈ ਇੱਕੋ ਜਿਹਾ ਨਹੀਂ ਹੈਗਾ, ਅੰਸ਼ ਵੱਖਰਾ ਵੱਖਰਾ ਵਾਧੇ ਕ੍ਰਮ ਵਿੱਚ ਜਾ ਰਿਹਾ ਤੇ ਹਰ ਜਿਹੜਾ ਇੱਕੋ ਜਿਹਾ ਵਾ, ਤਾਂ ਉਹਦੇ ਵਿੱਚ ਕੀ ਆ, ਜਿਹੜੀ ਵੱਡੀ ਰਕਮ ਆ ਉਹ ਜਿਹੜੀ ਆ ਸਭ ਤੋਂ ਵੱਡੀ ਹੀ ਹੋਵੇਗੀ। ਠੀਕ ਹੈ ਜੀ, ਹੁਣ ਕੀ ਆ, ਜੇ ਸਾਡੇ ਕੋਲ ਸਮਝ ਲਓ ਵੀ ਇਹਨਾਂ ਦਾ ਸਾਡੇ ਕੋਲ ਹੈਗੀ ਆ ਇੱਕ ਵਟਾ ਦੋ, ਦੋ ਵਟਾ ਤਿੰਨ, ਚਾਰ ਵਟਾ ਪੰਜ, ਛੇ ਵਟਾ ਸੱਤ। ਠੀਕ ਹੈ ਜੀ, ਤਾਂ ਇਹਦੇ ਵਿੱਚ ਵੱਡੀ ਕਿਹੜੀ ਹੋਵੇਗੀ, ਆਪਾਂ ਇਹ ਚੀਜ਼ ਦੇਖਣੀ। ਹੁਣ ਤੁਸੀਂ ਦੱਸੋ, ਦੇਖੋ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਇਹਨਾਂ ਦੋਨਾਂ ਇਹਨਾਂ ਸਾਰੀਆਂ ਵਿੱਚ ਇੱਕ ਇੱਕ ਦਾ ਫਾਸਲਾ ਆ ਰਿਹਾ। ਠੀਕ ਹੈ ਜੀ, ਕਿਉਂਕਿ ਸੀਰੀਜ਼ ਦੇਖਣੀ ਹੁੰਦੀ ਆ ਬੱਚੇ, ਸੀਰੀਜ਼ ਕਿਸ ਤਰੀਕੇ ਨਾਲ ਕਿਸ ਵੱਲ ਨੂੰ ਜਾ ਰਹੀ ਆ, ਹੋ ਸਕਦਾ ਇਹਦੇ ਵਿੱਚ ਜਿਸਤ ਦਾ ਫਰਕ ਹੋਵੇ, ਹੋ ਸਕਦਾ ਟਾਂਕ ਦਾ ਫਰਕ ਹੋਵੇ। ਠੀਕ ਹੈ ਜੀ, ਹੁਣ ਦੇਖੋ ਇਹਦੇ ਵਿੱਚ ਇੱਕ ਵਟਾ ਦੋ ਆ, ਦੋ ਵਟਾ ਤਿੰਨ, ਮਤਲਬ ਇੱਕ ਇੱਕ ਦਾ ਫਰਕ ਹੈ। ਦੈਟ ਮੀਨ ਛੇ ਵਟਾ ਸੱਤ, ਦੇਖੋ ਇੱਕ ਚੀਜ਼ ਦੇ ਦੋ ਭਾਗ ਸੀ, ਇੱਥੇ ਛੇ ਚੀਜ਼ਾਂ ਸੀ ਉਹਦੇ ਸੱਤ ਭਾਗ ਆ, ਮਤਲਬ ਚੀਜ਼ਾਂ ਵੀ ਛੇ ਆ, ਇੱਥੇ ਇੱਕ ਚੀਜ਼ ਸੀ ਇੱਥੇ ਛੇ ਚੀਜ਼ਾਂ, ਇਸ ਕਰਕੇ ਇਹਦੇ ਵਿੱਚ ਸਾਡੇ ਕੋਲ ਆਹ ਵੱਡੀ ਹੈ, ਵੱਡੀ ਰਕਮ ਵੱਡੀ ਹੋਵੇਗੀ। ਠੀਕ ਹੈ ਜੀ, ਹੁਣ ਦੇਖੋ ਜੇ ਸਾਡੇ ਕੋਲ ਇਹਦੇ ਵਿੱਚ ਵੀ ਰਕਮ ਹੋਵੇ, ਅੱਠ ਵਟਾ ਨੌ, ਨੌ ਵਟਾ ਦਸ, ਗਿਆਰਾਂ ਵਟਾ ਬਾਰਾਂ, ਤੇਰਾਂ ਵਟਾ ਚੌਦਾਂ। ਠੀਕ ਹੈ ਜੀ, ਹੁਣ ਇਹ ਤੁਸੀਂ ਦੇਖਣਾ ਲਿਖਣਾ ਨਾਲ। ਠੀਕ ਹੈ ਜੀ, ਇਹਦੇ ਵਿੱਚ ਵੱਡੀ ਵੀ ਦੱਸ ਦੇਣੀ, ਇਹਦੇ ਵਿੱਚ ਛੋਟੀ ਵੀ ਦੱਸ ਦੇਣੀ, ਵੱਡੀ ਤੇ ਛੋਟੀ ਦੋਨੇ ਦੱਸਣੀਆਂ ਕਿ ਛੋਟੀ ਕਿਹੜੀ ਆ ਤੇ ਵੱਡੀ ਕਿਹੜੀ ਆ। ਠੀਕ ਹੈ ਜੀ, ਇਹਨਾਂ ਦੇ ਵਿੱਚ ਦੋ ਦਾ ਫਰਕ ਵੀ ਆ ਸਾਰਾ, ਤਿੰਨ ਦਾ ਫਰਕ ਵੀ ਆ ਸਾਰਾ, ਚਾਰ ਦਾ। ਪਰ ਹਾਂ ਦੇਖੋ, ਜਦੋਂ ਸਾਡੇ ਕੋਲ ਕੰਪੈਰੀਜ਼ਨ ਹੋ ਰਿਹਾ ਸਾਡੇ ਕੋਲ ਵੱਖਰੀ ਵੱਖਰੀ ਦਾ, ਠੀਕ ਹੈ ਜੀ, ਜੇਕਰ ਵੱਖਰੀ ਵੱਖਰੀ ਆ ਤਾਂ ਕੀ ਕਰਨਾ, ਇੱਕ ਵਟਾ ਤਿੰਨ, ਤਿੰਨ ਵਟਾ ਪੰਜ, ਦੋ ਵਟਾ ਤਿੰਨ, ਪੰਜ ਵਟਾ ਛੇ, ਸੱਤ ਵਟਾ ਅੱਠ। ਠੀਕ ਹੈ, ਇਹਦੇ ਵਿੱਚ ਕੀ ਕਰਨਾ, ਦੇਖਿਓ ਇੱਕ ਤਾਂ ਦੇਖਣਾ ਤੁਸੀਂ ਵੀ, ਦੇਖੋ ਇਹਦੇ ਵਿੱਚ ਇੱਕ ਵਟਾ ਤਿੰਨ ਦੋ ਦਾ ਫਾਸਲਾ, ਤਿੰਨ ਵਟਾ ਪੰਜ ਦੋ ਦਾ ਫਾਸਲਾ, ਦੋ ਵਟਾ ਤਿੰਨ ਇੱਕ ਦਾ ਫਾਸਲਾ, ਪੰਜ ਵਟਾ ਛੇ ਇੱਕ ਦਾ ਫਾਸਲਾ, ਇਹਦੇ ਵਿੱਚ ਵੀ ਇੱਕ ਦਾ। ਹੁਣ ਇਹ 'ਚ ਕੀ ਕਰਨਾ ਅਸੀਂ, ਅਸੀਂ ਨਾ ਦੋ ਦਾ ਅਤੇ ਇੱਕ ਦਾ ਐਲਸੀਅਮ ਲੈ ਲੈਣਾ, ਜਿਹੜੀ ਜਿਹੜੀ ਚੀਜ਼ ਵੱਖਰੀ ਆ, ਮਤਲਬ ਆਹ ਦੋ ਵੱਖਰੇ ਆਹ ਦੋ ਵੱਖਰੇ ਹੋ ਗਏ, ਇਹਨਾਂ 'ਚ ਕਿੰਨਾ ਡਿਫਰੈਂਸ ਆ ਰਿਹਾ, ਇਹਨਾਂ 'ਚ ਕਿੰਨਾ, ਮਤਲਬ ਹੋ ਸਕਦਾ ਇਹਦੇ ਵਿੱਚ ਇੱਥੇ ਨੌ ਵਟਾ ਅੱਠ ਵੀ ਹੋ ਸਕਦਾ ਜੀ। ਠੀਕ ਆ ਜੀ, ਜਾਂ ਕਹਿ ਲਓ ਵੀ ਦਸ ਵਟਾ, ਜੇ ਛੇ ਵਟਾ ਅੱਠ ਹੁੰਦਾ ਤਾਂ ਦੋ ਦਾ ਫਰਕ, ਪੰਜ ਵਟਾ ਅੱਠ ਹੁੰਦਾ ਤਿੰਨ ਦਾ, ਫਿਰ ਅਸੀਂ ਤਿੰਨਾਂ ਦਾ ਐਲਸੀਅਮ ਲੈਣਾ ਹੈ। ਹੁਣ ਸਾਡੇ ਕੋਲ ਦੋ ਅਤੇ ਇੱਕ ਆ, ਅਸੀਂ ਦੋ ਤੋਂ ਇੱਕ ਦਾ ਐਲਸੀਅਮ ਲਾ ਲਿਆ, ਦੋ ਗੁਣਾ ਇੱਕ ਬਰਾਬਰ ਦੋ ਆ ਗਿਆ। ਹੁਣ ਅਸੀਂ ਕੀ ਕਰਾਂਗੇ, ਸਾਡੇ ਕੋਲ ਦੋ ਦਾ ਐਲਸੀਅਮ ਆ ਗਿਆ ਨਾ, ਅਸੀਂ ਉਹ ਗੁਣਾ ਇਹਨਾਂ ਨੂੰ ਗੁਣਾ ਕਰਾਂਗੇ, ਇੱਥੇ ਸਾਡੇ ਕੋਲ ਪਹਿਲਾਂ ਹੀ ਦੋ ਪਿਆ। ਠੀਕ ਹੈ ਜੀ, ਅਸੀਂ ਇਹਨੂੰ ਗੁਣਾ ਕਰਨ ਦੀ ਲੋੜ ਨਹੀਂ। ਠੀਕ ਹੈ ਜੀ, ਇਹਦੇ ਕੋਲ ਗੁਣਾ ਕਰ ਦਿਓ, ਦੋ ਤਿੰਨ ਵਟਾ ਪੰਜ, ਇਹਦੇ ਕੋਲ ਤਾਂ ਦੋ ਹੈਗਾ ਹੀ ਹੈਗਾ। ਠੀਕ ਹੈ ਜੀ, ਇਹਦੇ ਕੋਲ ਤਾਂ ਆਪਾਂ ਨੂੰ ਗੁਣਾ ਕਰਨ ਲਈ, ਇਹਨਾਂ ਦੇ ਕੋਲ ਲੋੜ ਹੀ ਨਹੀਂ ਹੈਗੀ ਗੁਣਾ ਕਰਨ ਦੀ ਵੈਸੇ ਤਾਂ, ਕਿਉਂਕਿ ਇਹਨਾਂ ਕੋਲ ਦੋ, ਇਹਨਾਂ 'ਚ ਦੋ ਹੈ ਨਹੀਂ, ਦੋ ਵਟਾ ਤਿੰਨ ਗੁਣਾ ਦੋ, ਪੰਜ ਵਟਾ ਛੇ ਗੁਣਾ ਦੋ, ਸੱਤ ਵਟਾ ਅੱਠ ਗੁਣਾ ਦੋ। ਠੀਕ ਹੈ ਜੀ, ਆਪਾਂ ਕਰਨੀ ਇਹਨਾਂ ਨੂੰ ਦੋਨਾਂ ਨਾਲ ਗੁਣਾ ਹੀ ਹੈ, ਉੱਪਰ ਵੀ ਕਰਨੀ ਅਤੇ ਥੱਲੇ ਵੀ ਕਰਨੀ ਗੁਣਾ, ਕਿਉਂਕਿ ਜੇ ਅਸੀਂ ਗੁਣਾ ਕਰਾਂਗੇ ਫਿਰ ਹੀ ਇਹਨਾਂ ਵਿੱਚ ਸਾਰਿਆਂ ਵਿੱਚ ਜਿਹੜਾ ਡਿਫਰੈਂਸ ਆ ਸੇਮ ਹੋਊਗਾ, ਅਤੇ ਜਦੋਂ ਡਿਫਰੈਂਸ ਸੇਮ ਹੋ ਗਿਆ ਸਾਨੂੰ ਪਤਾ ਲੱਗ ਜੂਗਾ ਵੀ ਵੱਡੀ ਰਕਮ ਕਿਹੜੀ ਹੈ ਛੋਟੀ ਰਕਮ ਕਿਹੜੀ। ਹੁਣ ਕੀ ਕਰਾਂਗੇ, ਇੱਕ ਵਟਾ ਤਿੰਨ ਐਜ਼ ਇਟ ਇਜ਼, ਤਿੰਨ ਵਟਾ ਪੰਜ, ਨਵੀਂ ਫਰੈਕਸ਼ਨ ਆਪਣੀ ਬਣਨ ਲੱਗੀ ਹੁਣ, ਕਿਉਂਕਿ ਦੋ ਨਾਲ ਦੋ ਦੂਣੀ ਚਾਰ, ਦੋ ਤਿੱਕੇ ਛੇ, ਦੋ ਪੰਜ ਦਸ, ਦੋ ਛੇਕੇ ਬਾਰਾਂ, ਦੋ ਸੱਤ ਚੌਦਾਂ, ਦੋ ਅੱਠ ਸੋਲ੍ਹਾਂ। ਠੀਕ ਹੈ ਜੀ, ਹੁਣ ਦੇਖੋ, ਹੁਣ ਤੁਸੀਂ ਚੈੱਕ ਕਰੋ ਨਵੀਂ ਫਰੈਕਸ਼ਨ 'ਚ, ਇੱਕ ਜਮ੍ਹਾਂ ਦੋ ਤਿੰਨ, ਤਿੰਨ ਜਮ੍ਹਾਂ ਦੋ ਪੰਜ, ਚਾਰ ਜਮ੍ਹਾਂ ਦੋ ਛੇ, ਦਸ ਜਮ੍ਹਾਂ ਦੋ ਬਾਰਾਂ, ਚੌਦਾਂ ਜਮ੍ਹਾਂ ਦੋ ਸੋਲ੍ਹਾਂ। ਸਾਡੇ ਕੋਲ ਸਾਰਾ ਫਾਸਲਾ ਜਿਹੜਾ ਵਾ ਇੱਕੋ ਜਿਹਾ ਹੋ ਗਿਆ। ਹੁਣ ਦੱਸੋ ਵੱਡੀ ਰਕਮ ਕਿਹੜੀ, ਜਦੋਂ ਸਾਡੇ ਕੋਲ ਡਿਫਰੈਂਸ ਇੱਕ ਇੱਕ ਸੀ, ਬਰਾਬਰ ਸੀ, ਤਾਂ ਅਸੀਂ ਕਿਹਾ ਜਿਹੜੀ ਰਕਮ ਵੱਡੀ ਹੈ ਉਹ ਵੱਡੀ ਹੋਵੇਗੀ। ਇਹਦੇ ਵਿੱਚ ਜਿਹੜੀ ਰਕਮ ਵੱਡੀ ਹੈ ਵੱਡੀ ਹੋਵੇਗੀ, ਵੱਡੀ ਰਕਮ ਕਿਹੜੀ ਹੋ ਗਈ, ਚੌਦਾਂ ਵਟਾ ਸੋਲ੍ਹਾਂ। ਛੋਟੀ ਰਕਮ ਕਿਹੜੀ ਹੋਈ, ਠੀਕ ਹੈ ਜੀ, ਇੱਕ ਵਟਾ ਤਿੰਨ। ਸਮਝ ਗਏ, ਪਤਾ ਲੱਗ ਗਿਆ, ਇਹ ਆਪਣੇ ਕੋਲ ਜਿਹੜਾ ਸੀਗਾ ਵੱਡੀ ਅਤੇ ਛੋਟੀ ਪਤਾ ਲੱਗੀ। ਹੁਣ ਅੱਗੇ ਜਿਹੜੀ ਇਹਦੀ ਐਗਜ਼ਾਮਪਲ ਆ, ਇੱਕ ਵਟਾ ਤਿੰਨ, ਤਿੰਨ ਵਟਾ ਪੰਜ, ਠੀਕ ਹੈ ਜੀ, ਚਾਰ ਵਟਾ ਨੌ,
पांच बटा तीन, ठीक है जी। तो आपां इहदे विच तुसीं वड्डी ते छोटी जिहड़ी आ उह लभणी आ, ठीक है जी। विच छोटी होवे जां वड्डी, तुसीं देखणी वड्डी रकम कि छोटी रकम कि, इह चीज़ दस्सणी, ठीक है जी। इह जिहड़ा तुसीं आ पता कर लैणा, ठीक है जी।